ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਪੰਜਾਬ ਪੁਲਿਸ ਕਨਸਟੇਬਲ ਵਾਲਿਆਂ ਲਈ ਸੈਂਸੈਂਟ ਟੈਕਨੋਲੋਜੀ ਦੇ ਇੰਪੋਰਟੈਂਟ ਕੁਐਸਚਨ ਲੈ ਕੇ ਆਇਆ ਹਾਂ ਸਾਰੇ ਜਾਣੇ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਕਰਕੇ ਜਾਇਓ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਆ ਸਕਦੇ ਆ ਇਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਜਾਣਾ ਹੈ ਬਾਕੀ ਮੈਂ ਪਲੇਲਿਸਟ ਬਣਾਈ ਹੋਈ ਹੈ ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਆਪਣੀ ਰਿਵੀਜ਼ਨ ਕਰਕੇ ਜਾਇਓ ਇੱਕ ਵਾਰੀ ਮੌਕ ਟੈਸਟ ਮੈਂ ਪਾਏ ਹੋਏ ਆ ਮੌਕ ਟੈਸਟ ਵੀ ਦੇ ਦਿਓ ਠੀਕ ਹੈ ਚਲੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਕਾਉਂਸਲ ਆਫ ਸੈਂਟੀਫੀਕੈਂਟ ਇੰਡਸਟਰੀਅਲ ਰਿਸਰਚ ਦੇ ਪ੍ਰਧਾਨ ਕੌਣ ਹਨ ਆਪਸ਼ਨ ਦੇਖ ਲਓ ਤੁਹਾਡੇ ਸਾਹਮਣੇ ਇਸ ਦਾ ਰਾਈਟ ਆਨਸਰ ਹੋ ਜੇਗਾ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਾਈਮ ਮਿਨਿਸਟਰ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਕਿੱਥੇ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਦੇਖ ਲਓ ਇਸ ਦਾ ਸਹੀ ਆਨਸਰ ਹੋ ਜੇਗਾ ਕਟਕ ਆਪਸ਼ਨ ਡੀ ਕਿਸ ਨੇ ਜੈਪੁਰ ਵਿੱਚ ਜੰਤਰ ਮੰਤਰ ਦੀ ਉਸਾਰੀ ਕੀਤੀ ਸੀ ਰਾਈਟ ਆਨਸਰ ਹੋ ਜਾਏਗਾ ਜੈ ਸਿੰਘ 2 ਜੈ ਸਿੰਘ 2 ਨੇ ਜੰਤਰ ਮੰਤਰ ਦੀ ਉਸਾਰੀ ਕੀਤੀ ਸੀ ਕਿਹੜਾ ਭਾਰਤ ਦਾ ਪਹਿਲਾ ਕਾਰਜਸ਼ੀਲ ਰਿਮੋਟ ਸੈਂਸਿੰਗ ਉਪਗ੍ਰਹ ਹੈ ਆਈ ਆਰ ਐਸ 1ਏ অপਸ਼ਨ ਏ ਰਾਈਟ ਆਨਸਰ ਹੋ ਜਾਏਗਾ ਆਈ ਆਰ ਐਸ 1ਏ ਫਟਾਫਟ ਤੁਸੀਂ ਕੁਐਸਚਨ ਐਂਡ অপਸ਼ਨ ਪੜ ਲਓ ਕਿਹੜਾ ਭਾਰਤ ਦਾ ਪਹਿਲਾ ਉਪਗ੍ਰਾਹ ਹੈ ਜੋ ਵਿਸ਼ੇਸ਼ ਤੌਰ ਤੇ ਵਿਦੇਸ਼ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ? ਰਾਈਟ ਆਨਸਰ ਹੈ ਐਜੂ ਸੈਟ অপਸ਼ਨ ਡੀ ਮੂਲ ਚੰਦਰਯਾਨ ਬਣ ਲਈ ਭਾਰਤ ਦਾ ਪਹਿਲਾ ਮਿਸ਼ਨ ਕਿਸ ਸਾਈਟ ਤੋਂ ਲਾਂਚ ਕੀਤਾ ਗਿਆ ਸੀ? ਰਾਈਟ ਆਨਸਰ ਹੈ ਸ਼੍ਰੀ ਹਰੀਕੋਟਾ ਮੈਕਸਿਮਮ ਜਿਹੜੇ ਉਪਗ੍ਰਾਹੇ ਉਹ ਸ਼੍ਰੀ ਹਰੀਕੋਟਾ ਤੋਂ ਲਾਂਚ ਕੀਤੇ ਜਾਂਦੇ ਆ। ਭਾਰਤ ਦਾ ਪਹਿਲਾ ਸਵਦੇਸ਼ੀ ਉਪਗ੍ਰਹਿ ਲਾਂਚ ਵਾਹਨ ਕਿਹੜਾ ਹੈ ਐਸਐਲਵੀ 3 অপਸ਼ਨ ਡੀ ਭਾਰਤੀ ਪਲਾੜ ਖੋਜ ਸੰਗਠਨ ਇਸਰੋ ਦੇ ਪਹਿਲੇ ਚੇਅਰਮੈਨ ਕੌਣ ਸਨ ਮੋਸਟ ਇੰਪੋਰਟੈਂਟ ਕੁਐਸਚਨ ਵਿਕਰਮ ਸਾਰਾਪਾਈ অপਸ਼ਨ ਬੀ ਕਿਸ ਨੂੰ ਭਾਰਤੀ ਪਰਮਾਣੂ ਪ੍ਰੋਗਰਾਮ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਹੋਮੀ ਜੇ ਪਾਵਾ অপਸ਼ਨ ਸੀ ਸਾਲ ਵਿੱਚ ਮੁਸਕਰਾਉਂਦੇ ਬੁੱਧ ਦੇ ਕੋਡ ਨਾਮ ਦੇ ਤਹਿਤ ਭਾਰਤ ਵਿੱਚ ਪਹਿਲਾ ਪ੍ਰਮਾਣੂ ਪਰਿਕਸ਼ਨ ਕਦੋਂ ਕੀਤਾ ਗਿਆ ਸੀ 1974 অপশন B রাইট आंसर ਹੋ ਜਾਏਗਾ ਨੈਸ਼ਨਲ ਅਕੈਡਮੀ ਆਫ ਸਾਇੰਸ ਇੰਡੀਆ ਦੀ ਸਥਾਪਨਾ ਕਿਸ ਸਾਲ ਵਿੱਚ ਹੋਈ ਸੀ 1930 ਦੇ ਵਿੱਚ অপশন B রাইট आंसर ਹੋ ਜਾਏਗਾ ਕਿੱਥੇ ਨੈਸ਼ਨਲ ਅਕੈਡਮੀ ਆਫ ਸਾਇੰਸ ਭਾਰਤ ਦਾ ਮੁੱਖ ਦਫ਼ਤਰ ਸਥਿਤ ਹੈ ਰਾਈਟ ਆਨਸਰ ਹੋ ਜੇਗਾ ਇਲਾਹਾਬਾਦ ਸੈਂਟਰਲ ਇੰਸਟੀਚਿਊਟ ਆਫ ਕਪਾਰ ਰਿਸਰਚ ਦਾ ਮੁੱਖ ਦਫ਼ਤਰ ਕਿੱਥੇ ਹੈ? ਨਾਗਪੁਰ ਦੇ ਵਿੱਚ। ਆਪਸ਼ਨ A ਰਾਈਟ ਆਨਸਰ। ਨੈਕਸਟ ਕੁਐਸਚਨ ਅੰਟਾਰਕਟਿਕਾ ਵਿੱਚ ਭਾਰਤ ਦਾ ਸਥਾਈ ਖੋਜ ਕੇਂਦਰ ਕਿਹੜਾ ਹੈ? ਮੈਂਤਰੀ। ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਕਦੋਂ ਅੰਟਾਰਕਟਿਕਾ ਦੀ ਪਹਿਲੀ ਮੁਹਿੰਮ ਭਾਰਤ ਦੁਆਰਾ ਆਰੰਭ ਕੀਤੀ ਗਈ ਸੀ? 1981 অপশন ডি ভারত দ্বারা শুরু ਕੀਤੀ ਗਈ ਅੰਟਾਰਕਟਿਕਾ ਦੀ ਪਹਿਲੀ ਮਿਮ ਦਾ ਆਗੂ ਕੌਣ ਸੀ রাইਟ ਆਨਸਰ অপশন এ ਅੰਟਾਰਕਟਿਕਾ ਵਿੱਚ ਭਾਰਤ ਦਾ ਪਹਿਲਾ ਸਥਾਈ ਬੇਸ ਸਟੇਸ਼ਨ ਕਿਹੜਾ ਹੈ ਦੱਖਣ ਗੰਗਾਉਤਰੀ অপশন ਸੀ अंटार्टिका भारती खोज केंद्र की कुल संख्या कि राइट आंसर तीन इतने भारतीय अंकड़ा संस्थान का मुख्य दफ्तर है right राइट आंसर right हो जाएगा कलकत्ता ऑप्शन बी किस साल इंडियन सैटे ਪਿਸਟਿਕਲ ਏਸੀ ਜੂਰ ਦੀ ਸਥਾਪਨਾ ਕੀਤੀ ਗਈ 1931 ਦੇ ਵਿੱਚ অপਸ਼ਨ ਸੀ ਰਾਈਟ ਆਨਸਰ ਕਿਸ ਨੂੰ ਬਿਜਲੀ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੋ ਜੇਗਾ ਬੈਜ਼ਾਮਿਨ ਫ੍ਰੈਕਲਿਨ অপਸ਼ਨ ਬੀ ਅਗਲਾ ਕੁਐਸਚਨ ਕਿਸ ਵਿਗਿਆਨੀ ਨੇ ਵਿਕਾਸਵਾਦ ਦਾ ਸਿਧਾਂਤ ਤਿਆਰ ਕੀਤਾ ਸੀ ਚਾਰਲਸ ਡਾਰਵਿਨ ਕਾਫੀ ਇੰਪੋਰਟੈਂਟ ਕੁਐਸਚਨ ਆ ਇਹ ਪੇਪਰ ਵਿੱਚ ਆਏਗਾ ਕਿਸੇ ਨਾ ਕਿਸੇ ਸ਼ਿਫਟ ਵਿੱਚ ਇਹਦੇ ਬਹੁਤ ਜ਼ਿਆਦਾ ਆਉਣ ਦੇ ਚਾਂਸ ਹੈ ਯਾਦ ਰੱਖਿਓ ਵਿਕਾਸਵਾਦ ਦਾ ਸਿਧਾਂਤ ਚਾਰਲਸ ਡਾਰਬੀ ਨੇ ਦਿੱਤਾ ਹੈ ਇਹ ਤੁਸੀਂ 7ਵੀਂ 8ਵੀਂ ਦੇ ਵਿੱਚ ਪੜਿਆ ਵੀ ਹੋਣਾ ਦੂਰਬੀਨ ਦੀ ਖੋਜ ਕਿਸ ਨੇ ਕੀਤੀ ਆਨਸਰ ਲਿਪਰੇ ਹੈ অপਸ਼ਨ ਬੀ ਨੋਬਲ ਇਨਾਮ ਸਭ ਤੋਂ ਪਹਿਲਾਂ ਕਦੋਂ ਦਿੱਤੇ ਗਏ ਸਨ 1901 ਦੇ ਵਿੱਚ ਨੋਬਲ ਪ੍ਰਾਈਜ਼ ਜੋ ਕਿ ਸਭ ਤੋਂ ਵੱਡਾ ਪ੍ਰਾਈਜ਼ ਹੈ ਇਹ ਦਿੱਤੇ ਗਏ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਕੌਣ ਹੈ ਮੈਰੀ ਕ్యూਰੀ অপਸ਼ਨ ਬੀ ਸੋਰੀ অপਸ਼ਨ ਏ ਸ਼ਾਂਤੀ ਪੁਰਸਕਾਰ ਨੂੰ ਛੱਡ ਕੇ ਸਾਰੇ ਨੋਬਲ ਪੁਰਸਕਾਰ ਕਿੱਥੇ ਦਿੱਤੇ ਜਾਂਦੇ ਹਨ ਸਟਾਕ ਹோம் অপਸ਼ਨ ਬੀ ਕਿਸ ਨੂੰ ਵਿਕਾਸਵਾਦ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਚਾਰਲਸ ਡਾਰਵਿਨ ਕਿਸ ਨੇ ਰਸਾਇਣਕ ਤੱਤਾਂ ਲਈ ਅਵਰਤੀ ਸਾਰਣੀ ਤਿਆਰ ਕੀਤੀ ਹੈ? ਦਮਿਤਰੀ ਮੈਡਲੀਵ অপਸ਼ਨ A ਐਲਵਰਟ ਆਇਨਸਟਾਈਨ ਨੂੰ ਕਿਸ ਸਾਲ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ? 1921 ਦੇ ਵਿੱਚ। অপਸ਼ਨ D ਕੌਣ ਹਾਈਡਰੋਜਨ ਬੰਬ ਦੇ ਖੋਜੀ ਵਜੋਂ ਜਾਣੇ ਜਾਂਦੇ ਹਨ? ਐਡਵਰਡ ਟੇਲਰ অপশন সি রাইট आंसर ভারত ਦਾ ਪਹਿਲਾ ਉਪਗ੍ਰਹਿ ਆਰੀਆ ਪਟ ਕਿਥੋਂ ਲਾਂਚ ਕੀਤਾ ਗਿਆ ਸੀ ਸੋਵੀਅਤ ਜੂਨੀਅਨ অপশন এ রাইট आंसर ਕਿਹੜਾ ਭਾਰਤੀ ਉਪਗ੍ਰਹਿ ਲਾਂਚ ਬਹਾਨ ਐਸ ਐਲ ਵੀ 3 ਮੋਬਾਈਲ ਦੁਆਰਾ ਆਰਬਿਟ ਵਿੱਚ ਰੱਖਿਆ ਜਾਣ ਵਾਲਾ ਪਹਿਲਾ ਉਪਗ੍ਰਹਿ ਹੈ ਸੌਰੀ ਇਸ ਦਾ রাইট ਆਨਸਰ ਹੋ ਜਾਏਗਾ ਆਪਣੇ ਕੋਲ অপশন ਬੀ ਰੋहिणी ਭਾਰਤ ਦੁਆਰਾ ਹੁਣ ਤੱਕ ਲਾਂਚ ਕੀਤੇ ਗਏ ਉਪਗ੍ਰਹਾਂ ਦੀ ਸੰਖਿਆ ਕਿੰਨੀ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲ 118 অপਸ਼ਨ ਡੀ ਅਗਲਾ ਕੁਐਸਚਨ ਭਾਰਤ ਵੱਲੋਂ ਕਿਸ ਸਾਲ ਵਿੱਚ ਭਾਰਤ ਦਾ ਪਹਿਲਾ ਉਪਗ੍ਰਹ ਆਰੀਆ ਪਟ ਲਾਂਚ ਕੀਤਾ ਗਿਆ ਕਾਫੀ ਇੰਪੋਰਟੈਂਟ ਕੁਐਸਚਨ ਹੈ 1975 ਦੇ ਵਿੱਚ অপਸ਼ਨ ਡੀ ਇੱਕ ਇੱਕ ਕੁਐਸਚਨ ਦੀ ਲੜਾਈ ਹੈ ਸੋ ਇੱਕ ਵੀ ਕੁਐਸਚਨ ਸਕਿੱਪ ਨਾ ਕਰਿਓ ਕਿਸ ਨੂੰ ਭਾਰਤੀ ਪਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਵਿਕਰਮ ਸਾਰਾਪਾਈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਨਾਂ ਦੇ ਵਿਚਕਾਰ ਭਾਰਤ ਵਿੱਚ ਪਹਿਲਾ ਮੋਬਾਈਲ ਫੋਨ ਪਰਿਵਰਤਨ ਹੋਇਆ ਸੀ ਰਾਈਟ ਆਨਸਰ ਹੈ ਜੋਤੀ 바ਸੂਵਤੇ ਸੁਖਾਰਾਮ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਬੀਐਸਐਨਐਲ ਦੁਆਰਾ ਕਿਸ ਸਾਲ ਵਿੱਚ ਕੀਤੀ ਗਈ ਸੀ 1955 ਦੇ ਵਿੱਚ ਸੌਰੀ 1995 ਦੇ ਵਿੱਚ অপਸ਼ਨ ਸੀ ਰਾਈਟ ਆਨਸਰ ਉਹ ਕਿਹੜਾ ਭਾਰਤੀ ਨਾਗਰਿਕ ਵਿਗਿਆਨੀ ਆ ਜਿਸ ਨੇ 2009 ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ ਬੀ ਰਾਮਕ੍ਰਿਸ਼ਨਨ অপਸ਼ਨ ਬੀ ਭਾਰਤ ਦਾ ਪਹਿਲਾ ਪਰਮਾਣੂ ਪਲਾਂਟ ਕਿੱਥੇ ਹੈ ਤਾਰਾਪੁਰ ਮਹਾਰਾਸ਼ਟਰ ਮੋਸਟ ਇੰਪੋਰਟੈਂਟ ਕੁਐਸਚਨ ਹੈ ਭਾਰਤ ਵਿੱਚ ਬਣਿਆ ਪਹਿਲਾ ਪਰਮਾਣੂ ਰੀਐਕਟਰ ਕਿਹੜਾ ਹੈ? ਅਬਸਰਾ অপਸ਼ਨ ਡੀ ਭਾਰਤ ਵਿੱਚ ਪਹਿਲਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਕਿੱਥੇ ਸਥਾਪਿਤ ਕੀਤਾ ਗਿਆ ਹੈ? ਦਾਰਜੀਲਿੰਗ অপਸ਼ਨ ਸੀ ਰਾਈਟ ਆਨਸਰ ਕਿਹੜਾ ਡੈਮ ਭਾਰਤ ਦਾ ਸਭ ਤੋਂ ਵੱਡਾ ਜਲ ਭੰਡਾਰ ਰੁਕਦਾ ਹੈ? ਇੰਦਰਾ ਸਾਗਰ ਡੈਮ অপਸ਼ਨ ਬੀ ਇਸਰੋ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਬੈਂਗਲੌਰ অপশন ডি রাইট आंसर ਭਾਰਤ ਦੀ ਪਹਿਲੀ ਮਨੁੱਖ ਰਾਅਤ ਚੰਦਰਮਾ ਜਾਂਚ ਚੰਦਰਯਾਨ 1 ਨੂੰ ਕਿਸ ਸਥਾਨ ਤੋਂ ਲਾਂਚ ਕੀਤਾ ਗਿਆ ਸੀ? ਸ਼੍ਰੀ ਹਰੀਕੋਟਾ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਹੈ? ਪਰਮ 8000 ਕਿਸ ਨੂੰ ਪਰਮ ਲੜੀ ਦੇ ਸੁਪਰ ਕੰਪਿਊਟਰ ਦੇ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ? ਬੀਜੇਪੀ ਪਟਕਰ ਆਪਸ਼ਨ ਏ ਰਾਈਟ ਆਨਸਰ ਵਿਸ਼ਵ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਟੈਸਟ ਟਿਊਬ ਬੇਬੀ ਦੁਰਗਾ ਦਾ ਨਿਰਮਾਤਾ ਕੌਣ ਹੈ ਸੁਭਾਸ਼ ਮੁਖੂ ਪਧਿਆਏ ਆਪਸ਼ਨ ਬੀ ਰਾਈਟ ਆਨਸਰ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨੋਲੋਜੀ ਕਿੱਥੇ ਸਥਿਤ ਹੈ ਚੇਨਈ ਆਪਸ਼ਨ ਡੀ ਰਾਈਟ ਆਨਸਰ ਪਾਰਤ ਵਿਸਥਾਪਿਤ ਕੀਤੀ ਗਈ ਪਹਿਲੀ IIT ਕਿਹੜੀ ਹੈ IIT ਖੜਗਾਪੁਰ ਆਪਸ਼ਨ A ਰਾਈਟ ਆਨਸਰ ਪਾਖੜਾ ਡੈਮ ਕਿਸ ਨਦੀ ਦੇ ਬਣਾਇਆ ਗਿਆ ਹੈ ਸਤਲੁਜ ਦਰਿਆ ਦੇ ਉੱਤੇ ਕਿਸ ਸਾਲ ਵਿੱਚ ਇਸਹਾਕ ਨਿਊਟਨ ਨੇ ਕੁਦਰਤ ਕੁਦਰਤੀ ਦਰਸ਼ਨ ਦੇ ਗਣਿਤ ਦੇ સિਧਾਂਤ ਪਹਿਲੀ ਵਾਰ ਪ੍ਰਕਾਸ਼ਿਤ ਕੀਤੇ 1987 ਦੇ ਵਿੱਚ ਅਗਲਾ ਕੁਐਸਚਨ ਸੌਰੀ 1687 ਦੇ ਵਿੱਚ ਐਸਰਾਮਾਜਨ ਦੇ ਸਤਿਕਾਰ ਵਜੋਂ ਕਿਹੜਾ ਦਿਨ ਭਾਰਤ ਵਿੱਚ ਰਾਸ਼ਟਰੀ ਗਣਿਤ ਦਿਵਸ ਵਜੋਂ ਮਨਾਇਆ ਜਾਂਦਾ ਹੈ 22 ਦਸੰਬਰ ਐਸਰਾਮਾਜਨ ਪਹਿਲੇ ਭਾਰਤੀ ਸੰਜਨਾ ਨੂੰ ਹੈਟਲ ਗਿਆ ਵਿੱਚੋਂ ਕਿਸ ਕਾਲਜ ਦਾ ਫੋਲੋ ਚੁਣਿਆ ਗਿਆ ਸੀ ਰਾਈਟ ਆਨਸਰ ਹੋ ਜਾਏਗਾ trinity college option b ਕਿਹੜਾ ਨੰਬਰ ਰਾਮਾਜਨ ਹਾਰਡਲੀ ਨੰਬਰ ਵਜੋਂ ਮਸ਼ਹੂਰ ਹੈ 1729 অপশন d ਕਿਹੜਾ ਵਿਗਿਆਨੀ ਭਾਰਤ ਦੀ ਪਹਿਲੀ ਫਾਰਮੇਸੀ ਯੂਟਿਕਲ ਕੰਪਨੀ ਬੰਗਾਲ ਕੈਮੀਕਲਸ ਐਂਡ ਫਾਰਮੇਸੀ ਯੂਟਿਕਲਸ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੋ ਜਾਏਗਾ ਪਰਵੋਲ ਚੰਦਰਾ ਰੇ ਆਪਸ਼ਨ ਡੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦਾ ਮੁੱਖ ਦਫ਼ਤਰ ਕਿਸ ਸ਼ਹਿਰ ਵਿੱਚ ਹੈ? ਕਲਕੱਤਾ ਆਪਸ਼ਨ ਏ 1914 ਵਿੱਚ ਕਲਕੱਤਾ ਵਿੱਚ ਹੋਈ ਪਹਿਲੀ ਭਾਰਤੀ ਵਿਗਿਆਨ ਕਾਂਗਰਸ ਦੀ ਮੀਟਿੰਗ ਦੇ ਪ੍ਰਧਾਨ ਕੌਣ ਸਨ? ਆਸ਼ੂਤੋਸ਼ ਮੁਖਰਜੀ ਆਪਸ਼ਨ ਸੀ ਪਾਰਤ ਦਾ ਸਭ ਤੋਂ ਵੱਡਾ ਤਾਰਾ ਗ੍ਰਹਿ ਕਿਹੜਾ ਹੈ? ਰਾਈਟ ਆਨਸਰ ਹੈ ਅ ਬਿਰਲਾ ਤਾਰਾ ਗ੍ਰਹਿ ਕਲਕੱਤਾ অপਸ਼ਨ ਬੀ ਪਾਰਤੀ ਅਮਰੀਕੀ ਵਿਗਿਆਨੀ ਹਰ ਗੋਬਿੰਦ ਖੁਰਾਣਾ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੇ ਯੋਗਦਾਨ ਲਈ ਨੋਬਲ ਪੁਰਸਕਾਰ ਮਿਲਿਆ ਸੀ? ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ genetics genetics kaun indian institute of science bangalore de sansthapak han right answer hai option d so ye most important questions science and technology de playlist vich ja ke sariyan videos dekh liyo ate telegram group join kar liyo search kar liyo telegram de utte gk facts channel nu milde hain agle video de vich saryanu best of luck paper layi vadiya karyo paper dhanwad